ਉਹਦੇ ਉੱਪਰ ਵੀ ਧਿਆਨ ਰੱਖਣ ਦੀ ਲੋੜ ਹੈ। ਚਲੋ ਗੱਲ ਬਿਜਲੀ ਦੀ ਚੱਲੀ ਆ, ਪੰਜਾਬ ਸਰਕਾਰ ਜਦੋਂ ਹੋਂਦ 'ਚ ਨਹੀਂ ਆਈ ਸੀ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਜ਼ੋਰ ਨਾਲ ਚੋਣ ਪ੍ਰਚਾਰ ਚੱਲ ਰਿਹਾ ਸੀ, ਤਾਂ ਇਹ ਪਾਰਟੀ ਦਾ ਇੱਕੋ ਕਿਨਾਰਾ ਰਿਹਾ ਕਿ ਅਸੀਂ ਕੱਚੇ ਮੁਲਾਜ਼ਮ ਸਾਰੇ ਪੱਕੇ ਕਰਨੇ ਆ, ਅਸੀਂ ਨਵੀਂ ਭਰਤੀ ਕਰਨੀ ਆ, ਅਸੀਂ ਆ ਠੇਕਾ ਆਧਾਰਿਤ ਪ੍ਰਣਾਲੀ ਖਤਮ ਕਰਨੀ ਆ, ਅਸੀਂ ਸੇਵਾ ਮੁਕਤ ਕਰਮਚਾਰੀਆਂ ਦੀ ਬਜਾਏ ਨਵੀਂ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਦੇਣਾ। ਇਹ ਨਾਰੇ ਸਾਰਿਆਂ ਨੂੰ ਯਾਦ ਹੋਣੇ, ਸਾਰਿਆਂ ਨੇ ਗੱਲਾਂ ਦਾਅਵੇ ਲੀਡਰਾਂ ਦੀਆਂ ਸੁਣੀਆਂ ਹੋਣੀਆਂ। ਪਰ ਆ ਬਿਜਲੀ ਵਿਭਾਗ ਦੇ ਹਵਾਲੇ ਨਾਲ ਸੇਵਾ ਮੁਕਤੀ ਕਰਮਚਾਰੀਆਂ ਦੀ ਭਾਲ ਫਿਰ ਸ਼ੁਰੂ ਹੋਈ ਆ। ਮਤਲਬ ਅਕਾਲੀ ਕਾਂਗਰਸੀਆਂ ਸਮੇਂ ਤਾਂ ਇਹ ਪਿਰਤ ਚੱਲੇ ਰਹੀ ਸੀ, ਉਸ ਸਮੇਂ ਤਾਂ ਹੁੰਦਾ ਹੀ ਸੀਗਾ ਕਿ ਅਗਲਾ ਰਿਟਾਇਰ ਹੁੰਦਾ ਸੀ ਉਦੋਂ ਹੀ ਪੁੱਛ ਲੈਂਦੇ ਸੀ ਕਿ ਹਾਂ ਚੌਥੇ ਹਿੱਸੇ 'ਤੇ ਕੰਮ ਕਰ ਲੇਗਾ। ਮਤਲਬ ਜੇ ਅਗਲਾ 40,000 'ਤੇ ਕੰਮ ਕਰ ਰਿਹਾ ਤਾਂ ਉਹਨੂੰ 10-12,000 'ਤੇ 15,000 'ਤੇ ਦੁਬਾਰਾ ਰੱਖ ਕੇ ਕਹਿੰਦੇ ਸੀ ਆ ਜਾ। ਮਤਲਬ ਜਾਂ ਤਾਂ ਫਿਰ ਉਹ 40,000 ਵਾਲਾ ਕੰਮ ਪਹਿਲਾਂ ਨਹੀਂ ਕਰ ਰਿਹਾ ਸੀ, ਉਹ ਪਹਿਲਾਂ ਹੀ 15,000 ਵਾਲਾ ਕੰਮ ਕਰ ਰਿਹਾ ਸੀ, ਜਾਂ ਜੇ ਹੁਣ ਤੁਸੀਂ ਉਹ ਤੋਂ 15,000 'ਤੇ ਲੈ ਰਹੇ ਹੋ ਤਾਂ ਉਹਦਾ ਸ਼ੋਸ਼ਣ ਕਰ ਰਹੇ ਹੋ, ਪਹਿਲਾਂ 40,000 ਦਾ ਕੰਮ ਸੀ ਉਹ 15,000 'ਚ ਕਿਵੇਂ ਹੋਊਗਾ। ਪਰ ਜਦੋਂ ਇਹ ਤੈਅ ਆ ਕਿ 58 ਸਾਲ 'ਤੇ ਸੇਵਾ ਮੁਕਤੀ ਆ ਅਤੇ ਸਰਕਾਰੀ ਤੌਰ 'ਤੇ ਥੋੜ੍ਹੀ ਨਿਯਮਾਵਲੀ 'ਚ ਹੈ ਕਿ ਹਾਂ ਵੀ 58 ਸਾਲ ਤੋਂ ਬਾਅਦ ਉਹ ਕਰਮਚਾਰੀ 'ਚ ਉਹ ਸਮਰੱਥਾ ਨਹੀਂ ਹੁੰਦੀ ਕੰਮ ਕਰਨ ਦੀ, ਫਿਰ ਤੁਸੀਂ ਨਵੀਂ ਸਮਰੱਥਾ ਵਾਲੇ, ਨਵੀਂ ਸੋਚ ਵਾਲੇ, ਨਵੀਂ ਪੜ੍ਹਾਈ ਵਾਲੇ, ਨਵੀਂ ਪਨੀਰੀ ਨੂੰ ਕਿਉਂ ਨਹੀਂ ਰੁਜ਼ਗਾਰ ਦੇ ਰਹੇ? ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਆਪਣੇ ਦਾਅਵਿਆਂ, ਵਾਅਦਿਆਂ, ਸਿਧਾਂਤਾਂ, ਗੱਲਾਂ, ਵਿਚਾਰਾਂ ਤੋਂ ਬਿਲਕੁਲ ਉਲਟ ਜਾ ਕੇ ਹੁਣ ਬਿਜਲੀ ਵਿਭਾਗ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਕਹਿੰਦੇ ਸੇਵਾ ਮੁਕਤ ਲੈਨਮੈਨ, ਹੈ ਸਹਾਇਕ ਲੈਨਮੈਨ ਲੱਭਦੀ ਫਿਰਦੀ ਆ। ਚਿੱਠੀ ਪੱਤਰ ਜਾਰੀ ਹੋ ਗਿਆ, ਬਿਜਲੀ ਵਿਭਾਗ ਨੂੰ ਮੁੜ ਕੇ ਸੇਵਾ ਮੁਕਤ ਕਰਮਚਾਰੀਆਂ ਦੀ ਇਜਾਜ਼ਤ ਸਤਾਉਣ ਲੱਗੀ ਹੈ। ਉਹਨਾਂ ਨੇ ਦੁਬਾਰਾ ਉਹਨਾਂ ਦੀ ਭਰਤੀ ਦਾ ਐਲਾਨ ਕਰ ਲਿਆ, ਚਿੱਠੀ ਜਾਰੀ ਹੋ ਗਈ ਕਿ ਭਾਈ ਲੱਭੋ ਜਿਹੜਾ ਬੰਦਾ ਤਿਆਰ ਹੈ ਉਹਨੂੰ ਮੁੜ ਕੇ ਫੜ ਕੇ ਲਿਆਓ। ਜਦੋਂ ਮੁਲਾਜ਼ਮਾਂ ਦੀ ਸੇਵਾ ਮੁਕਤੀ 58 ਸਾਲ ਆ, ਫਿਰ ਇਸ ਪ੍ਰਕਿਰਿਆ ਦੀ ਕੀ ਲੋੜ ਸੀ? ਆਮ ਆਦਮੀ ਪਾਰਟੀ ਸਰਕਾਰ ਤਾਂ ਪਹਿਲਾਂ ਹੀ ਆਪਾਂ ਗੱਲ ਕਰਕੇ ਟਿੱਕੇ ਦੀ ਉਲਟ ਰਹੀ ਆ। ਪਰ ਹੁਣ ਹੋਇਆ ਕੀ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਜਿਹੜਾ ਮੁੱਖ ਦਫ਼ਤਰ ਹੈ ਕੇਂਦਰੀ ਜ਼ੋਨ ਲੁਧਿਆਣਾ, ਉੱਥੋਂ ਬਕਾਇਦਾ ਚਿੱਠੀ ਜਾਰੀ ਹੋਈ ਆ। ਔਰ ਚਿੱਠੀ ਦਾ ਜਿਹੜਾ ਨੰਬਰ ਆ 7002/5-23/7-2024, ਮਤਲਬ 23 ਤਰੀਕ ਨੂੰ ਚਿੱਠੀ ਜਾਰੀ ਹੋਈ ਹੈ, 23 ਜੁਲਾਈ ਨੂੰ। ਜਿਹਦੇ ਅਨੁਸਾਰ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਸਾਰੇ ਮੁੱਖ ਇੰਜੀਨੀਅਰਿੰਗ ਦਫ਼ਤਰਾਂ ਨੂੰ ਕਿਹਾ ਕਿ ਟੈਕਨੀਕਲ ਕੰਮ ਹੈ, ਸਹਾਇਕ ਲਾਈਨਮੈਨ ਅਤੇ ਲਾਈਨਮੈਨ ਜਿਹੜੇ ਸੇਵਾ ਮੁਕਤ ਹੋਏ ਨੇ ਉਹਨਾਂ ਨਾਲ ਦੁਬਾਰਾ ਤਾਲਮੇਲ ਕਰੋ, ਉਹਨਾਂ ਦੀ ਸਹਿਮਤੀ ਉਹਨਾਂ ਨੂੰ ਵਾਪਸ ਲਿਆਓ। ਹੁਣ ਇਸ ਪਹਿਲੂ 'ਤੇ ਜਿਹੜਾ ਸਟਾਫ ਕੰਮ ਕਰ ਰਿਹਾ ਉਹ ਵੀ ਔਖਾ। ਇੱਕ ਪਾਸੇ ਤੁਸੀਂ ਪਹਿਲਾਂ ਹੀ ਭਰਤੀ ਨਹੀਂ ਕਰ ਰਹੇ, ਠੇਕਾ ਆਧਾਰਿਤ ਕੰਮ ਚੱਲ ਰਿਹਾ ਤੁਹਾਡਾ, ਦੂਏ ਪਾਸੇ ਹੁਣ ਜਿਹੜੇ ਆ ਸੇਵਾ ਮੁਕਤ ਲਿਆਉਣੇ ਨੇ ਵੀ ਠੇਕਾ ਆਧਾਰਿਤ ਲਿਆਉਣੇ ਨੇ। ਸੋ ਕੀ ਇਹ ਪੈਸਾ ਬਚਾਉਣ ਦੀ ਨੀਤੀ ਹੈ ਕਿ ਹਾਂ ਵੀ ਘੱਟ ਕੰਮ 'ਤੇ ਆ ਜਾਣਗੇ, ਨਵੀਂ ਭਰਤੀ ਕਰਾਂਗੇ, ਪੂਰੀ ਤਨਖਾਹ ਦੇਣੀ ਪਊਗੀ, ਜਾਂ ਇਹਦੇ ਪਿੱਛੇ ਕੋਈ ਹੋਰ ਖੇਲ ਵੀ ਹੈ? ਪਰ ਇਸ ਫੈਸਲੇ ਤੋਂ ਬਾਅਦ, ਇਹ ਚਿੱਠੀ ਵਾਲੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਉਹ ਕਹਿੰਦੇ ਵੀ ਇਹ ਵਤੀਰਾ ਸਹੀ ਨਹੀਂ ਗਾ, ਅਸੀਂ ਇਹਦਾ ਵਿਰੋਧ ਕਰਾਂਗੇ। ਸਰਕਾਰ ਦਾ ਦਾਅਵਾ, ਪਾਵਰਕੌਮ ਦਾ ਦਾਅਵਾ ਇਹ ਹੈ ਕਿ ਕੰਮ ਦਾ ਪ੍ਰੈਸ਼ਰ ਇੰਨਾ ਅਤੇ ਮੁਲਾਜ਼ਮਾਂ ਦੀ ਗਿਣਤੀ ਘੱਟ ਆ, ਇਸ ਲਈ ਕਹਿੰਦੇ ਕਿ ਬਿਜਲੀ ਦੀ ਸਪਲਾਈ 'ਚ ਕੋਈ ਵਿਘਨ ਨਾ ਪਵੇ, ਹੈ ਤਕਨੀਕੀ ਤੌਰ 'ਤੇ ਜਿਹਨਾਂ ਨੂੰ ਆਉਂਦਾ ਆ ਅਸੀਂ ਉਹਨਾਂ ਦੀ ਭਾਲ ਕਰ ਰਹੇ ਹਾਂ, ਇਸ ਲਈ ਕਹਿੰਦੇ ਅਸੀਂ ਉਹਨਾਂ ਨੂੰ ਲੈ ਕੇ ਆ ਰਹੇ, ਉਹਨਾਂ ਦਾ ਤਰਕ ਇਹ ਆ। ਮਤਲਬ ਜੇ ਕੰਮ ਦਾ ਲੋੜ ਹੈ ਅਤੇ ਉਹਦੇ ਲਈ ਮੁਲਾਜ਼ਮਾਂ ਦੀ ਵੱਧ ਲੋੜ ਹੈ ਤਾਂ ਨਵੀਂ ਭਰਤੀ ਕਿਉਂ ਨਹੀਂ ਖੋਲ੍ਹਦੇ ਤੁਸੀਂ? ਜੇ ਤੁਹਾਨੂੰ ਲੱਗਦਾ ਕਿ ਹਾਂ ਤਕਨੀਕੀ ਕਾਮਿਆਂ ਦੀ ਲੋੜ ਹੈ, ਹੈ ਤਾਂ ਭਾਈ ਡਿਗਰੀਆਂ ਹੱਥਾਂ 'ਚ ਲੈ ਕੇ ਕਿੰਨੇ ਇੰਜੀਨੀਅਰ ਨਿਆਣੇ ਲਾਈਨਾਂ 'ਚ ਖੜ੍ਹੇ ਨੇ, ਉਹਨਾਂ ਦੀਆਂ ਸੇਵਾਵਾਂ ਕਿਉਂ ਨਹੀਂ ਲੈਂਦੇ? ਸੋ ਇਸ ਗੱਲ ਨੂੰ ਲੈ ਕੇ ਇਸ ਬਿਜਲੀ ਵਿਭਾਗ ਨਾਲ ਸੰਬੰਧਿਤ ਇੰਜੀਨੀਅਰਿੰਗ ਕੋਰਸ ਜਿਨ੍ਹਾਂ ਨੇ ਕੀਤੇ ਹੋਏ ਨੇ, ਉਹ ਨੌਜਵਾਨਾਂ ਦੀ ਜਿਹੜੀ ਬੇਰੁਜ਼ਗਾਰ ਯੂਨੀਅਨਾਂ ਨੇ ਜਾਂ ਜਿਹੜੇ ਨੌਜਵਾਨ ਆਪ ਮੁਹਾਰੇ ਬੇਰੁਜ਼ਗਾਰ ਨੇ, ਉਹਨਾਂ ਨੇ ਰੋਸਾ ਪ੍ਰਗਟਾਇਆ, ਉਹਨਾਂ ਨੇ ਵੀ ਇਹਦੇ 'ਤੇ ਸਵਾਲ ਖੜ੍ਹਾ ਕੀਤਾ ਕਿ ਇਹ ਤਰੀਕਾ ਸਹੀ ਨਹੀਂ ਹੈ। ਹੋਰ ਛੱਡੋ, ਬਿਜਲੀ ਜਿਹੜੀ ਬਿਜਲੀ ਵਿਭਾਗ ਨਾਲ ਸੰਬੰਧਿਤ ਜਿਹੜੀਆਂ ਮੁਲਾਜ਼ਮ ਯੂਨੀਅਨਾਂ ਨੇ, ਉਹਨਾਂ ਨੇ ਵੀ ਇਤਰਾਜ਼ ਪ੍ਰਗਟਾਇਆ, ਉਹਨਾਂ ਨੇ ਵੀ ਅਪੀਲ ਵੀ ਕੀਤੀ ਆ
ਸੇਵਾ ਮੁਕਤ ਕਰਮਚਾਰੀ ਨੂੰ ਕਿਹਾ ਭਾਈ ਦੂਰ ਰਹੋ ਇਸ ਚੀਜ਼ ਤੋਂ, ਅਤੇ ਸਰਕਾਰ ਨੂੰ ਵੀ ਉਹਨਾਂ ਨੇ ਮਤਲਬ ਕਿਹਾ ਕਿ ਇਹ ਵਧੀਕੀ ਮਨਜ਼ੂਰ ਨਹੀਂ ਹੈ, ਤੁਸੀਂ ਨਵਿਆਂ ਦਾ ਹੱਕ ਮਾਰ ਰਹੇ ਹੋ, ਨਵੀਂ ਭਰਤੀ ਖੋਲ੍ਹੋ ਅਤੇ ਨਵੇਂ ਜਿਹੜੇ ਮੁਲਾਜ਼ਮ ਆਉਣਗੇ ਚੁਣ ਕੇ ਉਹ ਕੰਮ ਕਰਨ। ਸੋ ਸਰਕਾਰ ਨੂੰ ਨਵੀਂ ਭਰਤੀ ਤੋਂ ਵੀ ਭੱਜ ਰਹੀ ਹੈ ਅਤੇ ਪੁਰਾਣਿਆਂ ਨੂੰ ਲਿਆ ਕੇ ਉਹੀ ਪਹਿਲਾਂ ਵਾਲਾ ਰਾਹ ਫਿਰ ਬਦਲਿਆ ਕੀ ਜਨਾਬ? ਕੀ ਇਸ ਨੂੰ ਬਦਲ ਕਹਿੰਦੇ ਨੇ? ਜੇ ਇਸ ਨੂੰ ਬਦਲ ਕਹਿੰਦੇ ਨੇ ਤਾਂ ਫਿਰ ਇਹ ਸ਼ੁਭ ਸੰਕੇਤ।